ਸਾਡੇ ਕੋਲ ਤਕਰੀਬਨ 7 ਪੇਸ਼ੈਂਟ ਆਏ ਹੋਏ ਆ ਜੀ ਤੇ ਰਾਏਪੁਰ ਰਾਈਆ ਕੋਲ ਜਿਹਨਾਂ ਦਾ ਐਕਸੀਡੈਂਟ ਹੋਇਆ ਸੀ ਜੀ। ਸਰ ਕਿਹੋ ਜਿਹਾ ਹਾਲਾਤ ਹੈ ਕਿਨੋ ਇਹ? ਇੱਕ ਪੇਸ਼ੈਂਟ ਉਹਦੇ ਵਿੱਚੋਂ ਸੀਰੀਅਸ ਸੀ ਜੋ ਕਿ ਸਾਨੂੰ ਰੈਫਰ ਕਰਨਾ ਪਿਆ ਹੈ ਸੈਂਟਰ ਜੀ, ਤੇ ਕਾਫੀ ਬਾਕੀ ਸਾਡੇ ਕੋਲ ਪੇਸ਼ੈਂਟ ਨੇ ਕਈਆਂ ਦੇ ਫ੍ਰੈਕਚਰ ਵੀ ਹੈਗੇ, ਉਹਨਾਂ ਦਾ ਇਲਾਜ ਅੰਡਰ ਟ੍ਰੀਟਮੈਂਟ ਚੱਲ ਰਿਹਾ। ਠੀਕ ਹੈ, ਇੱਥੇ ਫਲੋਰ ਹੀ ਹੈ? ਹਾਂਜੀ ਫਲੋਰ ਹੈ। ਅਸੀਂ ਨਵਾਂਸ਼ਹਿਰ ਸਾਈਡ ਤੇ ਜਾ ਰਹੇ ਸੀ, ਚੱਕ ਲੈਣਾ ਸਾਡਾ ਪ੍ਰੋਗਰਾਮ ਸੀਗਾ ਜੀ, ਤੇ ਅਚਾਨਕ ਪੁਆਰੀਆਂ ਲੰਘ ਕੇ ਨਾ ਸਾੜੇ ਦੇ ਲਾਗੇ ਜਾ ਕੇ ਇੱਕ ਟਰੱਕ ਸੀਗਾ ਟਿੱਪਰ, ਉਹਨੂੰ ਪਤਾ ਨਹੀਂ ਅੱਗੇ ਨਾਕਾ ਸੀਗਾ, ਕਹਿੰਦੇ ਲੱਗਾ ਕੋਈ ਨਾਕਾ, ਵੈਸੇ ਦਿਸਿਆ ਨਹੀਂ ਸਾਨੂੰ ਤਾਂ, ਉਹਨੂੰ ਟਿੱਪਰ ਵਾਲੇ ਨੂੰ ਵੇਖਿਆ, ਉਹਨੇ ਅਚਾਨਕ ਨਾ ਆਪਣੀ ਸਾਈਡੇ ਜਾਂਦੇ ਜਾਂਦੇ ਨੇ ਕੱਟ ਮਾਰ ਦਿੱਤਾ, ਕੱਟ ਮਾਰ ਦਿੱਤਾ ਉਹਨੇ ਰੋਂਗ ਸਾਈਡ ਦਾ। ਜਦੋਂ ਕੱਟ ਮਾਰਿਆ ਤਾਂ ਸਾਡੀ ਵੀ ਗੱਡੀ ਜਿਹੜੀ ਸੀਗੀ, ਅਸੀਂ ਵੀ ਤੁਹਾਡੇ ਕਾਲੀ 'ਚ ਸੀਗੇ ਜ਼ਰੂਰ, ਤਾਂ ਅਤੇ ਸਾਨੂੰ ਮੌਕਾ ਨਹੀਂ ਮਿਲਿਆ, ਬ੍ਰੇਕ ਮਾਰੀ ਮੁੰਡੇ ਨੇ ਬਹੁਤ ਲੰਬੀ, ਬਿਲਕੁਲ ਨਹੀਂ ਮਿਲਿਆ। ਅਸੀਂ ਗੱਡੀ ਦੇ ਵਿੱਚ 7 ਕੁ ਮੈਂਬਰ ਸੀਗੇ ਜੀ। ਸੱਟਾਂ ਕਿੰਨੇ ਦਾ ਲੱਗੀਆਂ? ਸੱਟਾਂ ਸਾਡੇ 50 ਬੰਦਿਆਂ ਦੇ ਜ਼ਿਆਦਾ ਲੱਗ ਗਈਆਂ। ਲੁਧਿਆਣੇ ਲੈ ਕੇ ਗਏ ਆ, ਉਹਨਾਂ ਦੇ ਸਿਰ ਦੇ ਵਿੱਚ ਸੱਟ ਆ, ਰੈਫਰ ਕਰ ਦਿੱਤਾ, ਉਹ ਮੌਕੇ ਤੇ ਭੱਜ ਗਿਆ ਸੀਗਾ ਜੀ। ਨਾਕਾ ਨਾਕੇ ਤੇ ਪੁਲਿਸ ਸੀਗੀ ਜਿਹੜੀ, ਉਹ ਬੰਦੇ ਦੱਸਦੇ ਆ ਕਹਿੰਦੇ ਖੜੇ ਸੀਗੇ ਚਲੇ ਗਏ ਉਸੇ ਵੇਲੇ, ਐਕਸੀਡੈਂਟ ਦਾ ਜਦੋਂ ਪਤਾ ਲੱਗਾ ਵੀ ਐਕਸੀਡੈਂਟ ਹੋਇਆ ਤੇ ਉੱਥੋਂ ਚਲੇ ਗਿਆ ਸੀ ਮੌਕੇ ਤੇ। ਅੱਜ ਪਿੰਡ ਸਿਲਕੀਆਂ ਨੇੜੇ ਸਤਸੰਗ ਘਰ ਦੇ ਕੋਲ ਇੱਕ ਤੇਜ਼ ਰਫਤਾਰ ਜਿਹੜਾ ਟਿੱਪਰ ਨੇ ਵਿਜੇ ਮਨ ਮਿਊਜ਼ੀਕਲ ਗਰੁੱਪ ਜੋ ਕਿ ਆਪਣਾ ਪ੍ਰੋਗਰਾਮ ਜਿਹੜਾ ਇਹ ਚੱਕਦਾਨੇ ਲਾਉਣ ਵਿਖੇ ਜਾ ਰਿਹਾ ਸੀ, ਜਿਹਨਾਂ ਨਾਲ 7-8 ਉਹਦੇ ਮਸ਼ੀਨ ਦੇ ਜਿਹੜੇ ਕਰਿੰਦੇ ਜਿਹੜੇ ਸਾਜੀ ਆ ਸਹਿਬਾਨ ਉਹਦੇ ਨਾਲ ਮੌਜੂਦ ਸੀ ਗੱਡੀ ਦੇ, ਜਿਹੜਾ ਭਿਆਨਕ ਜਿਹੜੀ ਆ ਇਹ ਟੱਕਰ ਐਕਸੀਡੈਂਟ ਹੋਣ ਦੇ ਕਾਰਨ 7 ਤੋਂ 8 ਜਣੇ ਵਿਜੇ ਮਨ ਮਿਊਜ਼ੀਕਲ ਗਰੁੱਪ ਦੇ ਨਾਲ ਜਿੰਨੇ ਵੀ ਸਾਜੀ ਕੰਮ ਕਰਦੇ ਸਾਰੇ ਬਹੁਤ ਗੰਭੀਰ ਸੱਟਾਂ ਲੱਗੀਆਂ ਅਤੇ ਜਿਹੜੇ ਇਲਾਜ ਸਿਵਲ ਹਸਪਤਾਲ ਅਸੀਂ ਉਹਨੂੰ ਲੈ ਕੇ ਆਏ ਹਾਂ। ਸੋ ਵਿਜੇ ਮਨ ਜੀ ਦੇ ਸੱਟ ਜ਼ਿਆਦਾ ਲੱਗਣ ਹੋਣ ਕਾਰਨ ਉਹਨਾਂ ਨੂੰ ਦਿਆਨੰਦ ਲੁਧਿਆਣੇ ਵਿਖੇ ਰੈਫਰ ਕਰ ਦਿੱਤਾ, ਕੁਛ ਸਿਟੀ ਸਕੈਨ ਕਰਵਾਉਣ ਲਈ ਪੇਸ਼ੈਂਟ ਜਿਹੜੇ ਉਹਨਾਂ ਨੂੰ ਵੀ ਰੈਫਰ ਕੀਤਾ ਗਿਆ। ਸੋ ਰਾਹਗੀਰਾਂ ਦੇ ਦੱਸਣ ਦੇ ਮੁਤਾਬਕ ਇੱਕ ਬੜੀ ਮੰਦਭਾਗੀ ਪੁਲਿਸ ਪ੍ਰਸ਼ਾਸਨ ਦੀ ਨਲੇਕੀ ਸਾਹਮਣੇ ਆਈ ਹੈ ਕਿ ਦੱਸਣ ਦੇ ਮੁਤਾਬਕ ਜਿਹੜੇ ਰਾਹਗੀਰ ਉੱਥੇ ਖੜ੍ਹੇ ਸੀ ਉਹਨਾਂ ਨੇ ਹੁਣ ਹੋਸਪਿਟਲ ਸਾਨੂੰ ਆ ਕੇ ਦੱਸਿਆ ਕਿ ਉੱਥੇ ਪੁਲਿਸ ਦਾ ਨਾਕਾ ਵੀ ਲੱਗਾ ਹੋਇਆ ਸੀ, ਪਰ ਦੇਖੋ ਜਦੋਂ ਐਕਸੀਡੈਂਟ ਹੋਇਆ ਤਾਂ ਜਿਹੜੀਆਂ ਉਹ ਪੁਲਿਸ ਮੁਲਾਜ਼ਮਾਂ ਦੀਆਂ ਗੱਡੀਆਂ ਆ ਉਹ ਉੱਥੋਂ ਲੈ ਕੇ, 2 ਗੱਡੀਆਂ ਕਹਿੰਦੇ ਮੁਲਾਜ਼ਮ ਸੀਗੇ ਉਹ ਆਪਣੀ ਗੱਡੀ ਲੈ ਕੇ ਉੱਥੋਂ ਉਹ ਚਲੇ ਗਏ ਆ। ਉਹਨਾਂ ਨੇ ਆਪਣਾ ਨਿੱਜੀ ਜਿਹੜਾ ਫਰਜ਼ ਨਹੀਂ ਸਮਝਿਆ ਕਿ ਜਿਹੜੇ ਪੇਸ਼ੈਂਟ ਆ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਕਿ ਆਪਾਂ ਉਹਨਾਂ ਨੂੰ ਜਿਹੜਾ ਫਸਟ ਏਡ ਲਈ ਸਿਵਲ ਹਸਪਤਾਲ ਲੈ ਕੇ ਆਈਏ। ਦੂਸਰੀ ਸਭ ਤੋਂ ਵੱਡੀ ਫਲੋਰ ਪੁਲਿਸ ਦੀ ਨਾਕਾਮੀ ਦੇਖ ਲਓ, ਤਕਰੀਬਨ 1.5 ਤੋਂ 2 ਘੰਟੇ ਹੋ ਗਏ ਮੈਨੂੰ ਵੀ ਸਿਵਲ ਹਸਪਤਾਲ ਆਏ ਹੋਏ ਨੂੰ, ਇੱਥੇ ਫਲੋਰ ਪੁਲਿਸ ਦਾ ਕੋਈ ਵੀ ਨੁਮਾਇੰਦਾ ਜਿਹੜਾ ਐਕਸੀਡੈਂਟ ਕੇਸ ਦੇ ਦੇਖਣ ਲਈ ਕੋਈ ਵੀ ਹਾਲੇ ਤੱਕ ਨਹੀਂ ਪਹੁੰਚਿਆ। ਸਰ ਤੁਹਾਨੂੰ ਲੱਗਦਾ ਨਹੀਂ ਵੀਡੀਓ ਤੋਂ ਨਾਕਾ ਲੱਗਾ ਸੀ ਜੀ ਉਹ ਭੱਜਦੇ ਆ ਤੇ ਉਹ ਅਨਲੀਗਲ ਹੁੰਦਾ ਦਾ ਨਾਕਾ ਨਾਕੇ ਵਾਲੇ ਇਹਦੇ ਪੁਲਿਸ ਮੁਲਾਜ਼ਮ ਕਿਹੜੇ ਸੀ ਉਹ? ਮੈਂ ਮਾਨਯੋਗ SSP ਸਾਹਿਬ ਜ਼ਿਲ੍ਹਾ ਜੰਦਰ ਦਿਹਾਤੀ ਤੋਂ ਇਹ ਪੁਰਜ਼ੋਰ ਮੰਗ ਕਰਦਾ ਕਿ ਇਹ ਜਿਹੜੀ ਰਾਹਗੀਰਾਂ ਦੇ ਦੱਸਣ ਮੁਤਾਬਕ ਉੱਥੇ ਮੁਲਾਜ਼ਮ ਸੀਗੇ, ਜੇਕਰ ਉਹ ਮੁਲਾਜ਼ਮ ਸੀਗੇ ਜੇ ਉਹਨਾਂ ਦੇ ਵੈਰੀਫਾਈ ਕਰਕੇ ਮੁਲਾਜ਼ਮਾਂ ਦੀ ਜਾਂਚ ਕੀਤੀ ਜਾਵੇ ਕਿ ਬਾਕੀ ਉੱਥੇ ਕੋਈ ਮੁਲਾਜ਼ਮ ਮੌਜੂਦ ਸੀ ਨਾਕਾ ਲਗਾਇਆ ਹੋਇਆ ਸੀ, ਜੇਕਰ ਮੁਲਾਜ਼ਮ ਮੌਜੂਦ ਸੀ ਤਾਂ ਉਹਨਾਂ ਦਾ ਨੈਤਿਕ ਫਰਜ਼ ਬਣਦਾ ਸੀ ਕਿ ਜਿਹੜਾ ਇਹ ਭਿਆਨਕ ਐਕਸੀਡੈਂਟ ਹੋਇਆ ਉਹਨਾਂ ਨੂੰ ਸਿਵਲ ਹਸਪਤਾਲ ਜਾਂ ਨੇੜੇ ਕਿਤੇ ਹਸਪਤਾਲ ਤੇ ਉਹਨਾਂ ਨੂੰ ਲਿਜਾਣਾ ਚਾਹੀਦਾ ਸੀ, ਨਾ ਕਿ ਉਹਨਾਂ ਨੂੰ ਆਪਣੀਆਂ ਗੱਡੀਆਂ ਦੇ ਵਿੱਚ ਬੈਠ ਕੇ ਉੱਥੋਂ ਚਲੇ ਜਾਣਾ ਚਾਹੀਦਾ ਸੀ। ਜੇਕਰ ਨਾਕਾ ਲੱਗਾ ਹੋਇਆ ਸੀ, ਮੈਂ ਮਾਨਯੋਗ SSP ਭੁੱਲਰ SSP ਜਿਹੜੇ ਜ਼ਿਲ੍ਹਾ ਜੰਦਰ ਦਿਹਾਤੀ ਜੀ ਆ ਉਹਨਾਂ ਤੋਂ ਅਪੀਲ ਕਰਦਾ ਕਿ ਇਹਦੀ ਬਰੀਕੀ ਨਾਲ ਜਾਂਚ ਕਰਕੇ ਉਹਨਾਂ ਮੁਲਾਜ਼ਮਾਂ ਦੇ ਖਿਲਾਫ ਸਖ਼ਤ ਜਿਹੜਾ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਐਕਸੀਡੈਂਟ ਹੁੰਦਾ ਤਾਂ ਜਿਹੜਾ ਸਾਡਾ ਫਰਜ਼ ਬਣਦਾ
ਬੇਸ਼ੱਕ ਅਸੀਂ ਮੁਲਾਜ਼ਮ ਹੋਈਏ ਜਾਂ ਨਾ ਹੀਏ, ਬੇਸ਼ੱਕ ਰਾਹ ਕੀ ਵੀ ਹੋਈਏ, ਅਸੀਂ ਉਹਨਾਂ ਨੂੰ ਪਹਿਲਾਂ ਫਾਸਟ ਏਡ ਲਈ ਆਪਣੇ ਵਾਹਨਾਂ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਫਾਸਟ ਏਡ ਦਵਾਈਏ। ਜਿੱਥੇ ਵੱਡੀਆਂ ਵੱਡੀਆਂ ਪੰਜਾਬ ਸਰਕਾਰ ਔਰ ਮੌਜੂਦਾ ਸਰਕਾਰਾਂ ਵੱਡੀਆਂ ਵੱਡੀਆਂ ਗੱਲਾਂ ਕਰਦੀਆਂ ਕਿ ਅਸੀਂ ਜਿਹੜਾ ਇਹ ਸੜਕ ਸੁਰੱਖਿਆ ਫੋਰਸ ਬਣਾਤੀ ਆ, ਪਰ ਉੱਥੇ ਮੌਜੂਦਾ ਜਿਹੜੇ ਖੜੇ ਮੁਲਾਜ਼ਮ ਆ ਉਹ ਪੇਸ਼ੈਂਟਾਂ ਨੂੰ ਹੋਸਪਿਟਲ ਤੱਕ ਪਹੁੰਚਾਉਣ ਦੇ ਵਿੱਚ ਵੀ ਅੱਜ ਨਾਕਾਮ ਰਹੇ ਆ। ਅੱਜ ਰਾਹਗੀਰਾਂ ਨੇ ਇਹਨਾਂ ਨੂੰ ਪਹੁੰਚਾਇਆ ਐਂਬੂਲੈਂਸ ਰਾਹੀਂ, ਬਾਕੀ ਜਿਹੜੇ 6-7 ਜਿਹੜੇ ਮਰੀਜ਼ ਆ ਉਹਨਾਂ ਨੂੰ ਵੀ ਇੱਥੇ ਪਹੁੰਚਾਇਆ। ਸੋ ਮੈਂ ਅਪੀਲ ਕਰਦਾ ਕਿ ਜਿਨ੍ਹਾਂ ਦੀ ਕੁਤਾਹੀ ਇਹਨਾਂ ਨੇ ਵਰਤੀ ਹੈ ਇਸ ਐਕਸੀਡੈਂਟ ਕੇਸ ਦੇ ਵਿੱਚ, ਜਿਹੜੇ ਟਿੱਪਰ ਚਾਲਕ ਦਾ ਜਿਹੜਾ ਜਿਨ੍ਹਾਂ ਨੇ ਅੱਤ ਮਚਾਈ ਹੋਈ ਆ, ਨਾ ਮਿੱਟੀ ਨਾਲ ਭਰ ਭਰ ਕੇ, ਰੇਤ ਨਾਲ ਭਰ ਭਰ ਕੇ, ਜਿਹੜੇ ਉੱਪਰੋਂ ਕਵਰ ਵੀ ਨਹੀਂ ਕਰਦੇ, ਜਿਹੜੇ ਰਾਹਗੀਰਾਂ ਦੇ ਐਕਸੀਡੈਂਟ ਦਾ ਕਾਰਨ ਬਣਦੇ, ਉਹਨਾਂ 'ਤੇ ਵੀ ਜਿਹੜੀ ਓਵਰ ਸਪੀਡ ਦਾ ਜਿਹੜਾ ਪਰਚਾ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਜਿਹੜਾ ਆ ਭਿਆਨਕ ਐਕਸੀਡੈਂਟ ਹੁੰਦੇ ਆ, ਕਿਸੇ ਦੀ ਜਾਨ ਜਾਂਦੀ ਆ, ਜਾਨ ਜਿਹੜੀ ਆਪਣੀ ਕੀਮਤੀ ਜਾਨਾਂ ਤੋਂ ਹੱਥ ਨਾ ਧੋਣ ਬਚਾਅ ਹੋ ਸਕੇ। ਸੋ ਇੱਕ ਵਾਰੀ ਫਿਰ ਫਲੋਰ ਪੁਲਿਸ 2 ਘੰਟੇ ਤੋਂ ਸਿਵਲ ਹੋਸਪਿਟਲ ਵਿੱਚ 8 ਪੇਸ਼ੈਂਟ ਐਕਸੀਡੈਂਟ ਕੇਸ ਆਇਆ, ਹਾਲੇ ਤੱਕ ਕੋਈ ਮੁਲਾਜ਼ਮ ਇੱਥੇ ਜਿਹੜਾ ਨਹੀਂ ਪਹੁੰਚਾ, ਇਹਦੀ ਵੀ ਮੈਂ ਨਿਖੇਧੀ ਕਰਦਾ। ਅਸੀਂ ਨਵੇਂ ਸ਼ਹਿਰ ਜਾ ਰਹੇ ਸੀ, ਅਤੇ ਅੱਗੇ ਸੀਗਾ ਨਾਕਾ, ਟਿੱਪਰ ਵਾਲੇ ਨੇ ਨਾਕਾ ਦੇਖ ਕੇ ਬ੍ਰੇਕ ਲਾ ਤੀ, ਮੋੜ ਲਿਆ ਜਾ ਕਰਨ, ਹਾਂਜੀ ਅਸੀਂ ਬ੍ਰੇਕ ਮਾਰੀ, ਕੰਟਰੋਲ ਨਹੀਂ ਹੋਇਆ ਗੱਡੀ, ਵਿੱਚ ਜਾ ਲੱਗੀ, ਵਿੱਚ ਜਾ ਲੱਗੀ ਨਾ। ਕਿੰਨੇ ਕਿੰਨੇ ਤੁਸੀਂ ਮੈਂਬਰ ਸੀਗੇ ਉੱਥੇ ਗੱਡੀ? 9-10 ਜਣੇ ਸੀ।